अगर आपने हमारे चैनल को सब्सक्राइब नहीं किया है तो इसे सब्सक्राइब कर लें। कोरोना वायरस के फैसले से बचाव की खातिर पंजाब अंदर जारी लॉकडाउन कर्फ्यू दौरान कुछ जगहों पर वहां के प्रशासन की ओर से अब कारोबारियों को छूट देनी शुरू कर दी है, जिसके चलते गिदवाहा व्यापार मंडल ने भी जिला प्रशासन से उनको कारोबार करने की छूट देने की मांग की है। इस संबंध में मनो कांग्रेस के शहरी प्रधान दीपक गर्ग को भी मिला। ਮੇਰੀ ਇਹ ਇੱਕ ਹੱਥ ਜੋੜ ਕੇ ਬੇਨਤੀ ਹੈ ਵੀ ਜਿਵੇਂ ਲੋਕਾਂ ਦਾ ਵਪਾਰ ਚੱਲੀ ਜਾਂਦਾ ਉਵੇਂ ਸਾਨੂੰ ਵੀ ਥੋੜ੍ਹੀ ਥੋੜ੍ਹੀ ਟਾਈਮ ਦੀ ਇਜਾਜ਼ਤ ਦਿੱਤੀ ਜਾਵੇ। ਬਠਿੰਡਾ, ਬੁਲਾਡਾ, ਮਾਨਸਾ ਸਾਰਾ ਕੁਛ ਖੁੱਲ੍ਹ ਚੁੱਕਿਆ, ਫਿਰੋਜ਼ਪੁਰ ਵੀ ਖੁੱਲ੍ਹ ਚੁੱਕਿਆ ਅਤੇ ਸਾਡਾ ਸੀਜ਼ਨ ਹੈ ਜੀ। ਕੈਂਪਰਾਂ ਕੁੰਪਰਾਂ ਦਾ, ਬੋਟਲ ਵਗੈਰਾ ਦਾ ਜ਼ਿਮੀਂਦਾਰ ਭਰਾ ਇਸ ਨੂੰ ਫੋਨ ਕਰ ਕਰਕੇ ਕਹਿੰਦਾ ਜੀ ਸਾਨੂੰ ਵੀ ਕੈਂਪ ਦਿੱਤਾ ਜਾਵੇ। ਅਸੀਂ ਖੋਲ੍ਹ ਨਹੀਂ ਸਕਦੇ ਕਿਉਂਕਿ ਚਲਾਣ ਹੀ ਐਡਾ ਜ਼ਿਆਦਾ ਤੁਹਾਡਾ। ਸਵਰਨ ਸਿੰਘ ਜੀ, ਸਵਰਨ ਘਰ ਸੰਘ ਦੇ ਨਾਲ ਸਾਡਾ ਬਿਜ਼ਨਸ ਚੱਲਦਾ ਜੀ। ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਕਿ ਸਾਰਾ ਤੁਸੀਂ ਮਾਰਕੀਟ ਖੋਲ੍ਹਤੀ, ਹਰੇਕ ਟ੍ਰੇਡ ਚੱਲੀ ਜਾਂਦਾ, ਚਾਰ ਪੰਜ ਟ੍ਰੇਡ ਛੱਡ ਕੇ ਸਾਡੇ ਟ੍ਰੇਡ ਨੂੰ ਸਾਡੇ ਖੁੱਲ੍ਹੇ ਜਾਣ, ਸਾਡਾ ਇੱਕ ਬਿਜ਼ਨਸ ਚੱਲਿਆ ਜਾਵੇ। ਸਾਨੂੰ ਦੋ ਮਹੀਨੇ ਹੋ ਗਏ, ਸਾਨੂੰ ਸਾਡੇ ਕਾਰੀਗਰ ਵਿਹਲੇ ਬੈਠੇ ਆ, ਅਸੀਂ ਸਾਰੇ ਵਿਹਲੇ ਬੈਠੇ ਹਾਂ। ਸਾਨੂੰ ਇਸ ਦੇ ਅਸੀਂ ਮੰਗ ਕਰਦੇ ਹਾਂ ਕਿ ਸਾਡਾ ਬਿਜ਼ਨਸ ਨੂੰ ਖੁੱਲ੍ਹਿਆ ਜਾਵੇ। ਹੋਰ ਮਤਲਬ ਸ਼ਹਿਰਾਂ 'ਚ ਹੋਰ ਸ਼ਹਿਰਾਂ ਦੇ ਵਿੱਚ ਇੱਕ ਦਿਨ ਛੱਡ ਕੇ ਹਰੇਕ ਬਿਜ਼ਨਸ ਨੂੰ ਟਾਈਮ ਦਿੱਤਾ ਜਾਂਦਾ, ਉਦੋਂ ਸਾਨੂੰ ਵੀ ਟਾਈਮ ਦਿੱਤਾ ਜਾਵੇ। ਤੁਸੀਂ ਅੱਜ ਪ੍ਰਸ਼ਾਸਨ ਨੂੰ ਵੀ ਮਿਲੇ ਹੋ ਜੀ? ਅਸੀਂ ਪ੍ਰਸ਼ਾਸਨ ਕੋਲ ਆਏ ਹਾਂ ਜੀ, ਅਸੀਂ ਐਸ ਡੀ ਐਮ ਸਾਹਿਬ ਕੋਲ ਆਏ ਹਾਂ, ਉਹ ਆ ਰਹੇ ਹੈ, ਅਸੀਂ ਉਹਨਾਂ ਨੂੰ ਅਸੀਂ ਮੰਗ ਪੱਤਰ ਦੇਵਾਂਗੇ। ਬੇਨਤੀ ਕਰਦਾ ਕਿ ਸਾਡੀਆਂ ਪਿਛਲੇ 54 ਦਿਨਾਂ ਤੋਂ ਦੁਕਾਨਾਂ ਬੰਦ ਹਨ, ਅਸੀਂ ਵਾਰ ਵਾਰ ਪ੍ਰਸ਼ਾਸਨ ਨੂੰ ਵੀ ਬੇਨਤੀ ਕਰ ਚੁੱਕੇ ਹਾਂ ਕਿ ਸਾਡੀ ਦੁਕਾਨਾਂ ਬਾਕੀ ਡਿਸਟ੍ਰਿਕਟ ਮੁਤਾਬਕ ਹਫ਼ਤੇ 2 ਜਾਂ 3 ਦਿਨ ਟਾਈਮ ਦਿੱਤਾ ਜਾਵੇ, ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਪਰ ਸਾਨੂੰ ਅਸੀਂ ਬਹੁਤ ਹੀ ਮੁਸ਼ਕਿਲ ਜਾ ਰਹੇ ਹਾਂ, ਸਾਡਾ ਕਾਫ਼ੀ ਵੱਡਾ ਨੁਕਸਾਨ ਹੋ ਰਿਹਾ ਹੈ। ਕੱਪੜੇ ਦੀਆਂ ਕਈ ਆਈਟਮਾਂ ਐਸੀਆਂ ਆਉਂਦੀਆਂ ਹਨ ਜੋ ਗਰਮੀ ਵਿਕਦੀਆਂ ਹਨ, ਉਹ ਪਹੀਆਂ ਖਰਾਬ ਹੋ ਰਹੀਆਂ ਹਨ, ਵਿੱਚੋਂ ਕਈ ਨੁਕਸਾਨ ਵੀ ਹੋ ਰਿਹਾ, ਅਤੇ ਹੋ ਸਕਦਾ ਵੀ ਚੂਹੇ ਵੀ ਸਾਡੇ ਮਾਲ ਦੁਕਾਨ ਦਾ ਮਾਲ ਖਰਾਬ ਕਰਕੇ ਹੋਣਗੇ। ਇਸ ਕਰਕੇ ਅਸੀਂ ਪ੍ਰਸ਼ਾਸਨ 'ਚ ਬੇਨਤੀ ਕਰਦੇ ਹਾਂ ਕਿ ਸਾਨੂੰ ਵੀ ਛੂਟ ਦਿੱਤੀ ਜਾਵੇ, ਜੇ ਉਹ ਪ੍ਰਸ਼ਾਸਨ ਦੇ ਹੁਕਮ ਹੋਣਗੇ ਅਸੀਂ ਉਹਦੀ ਪਾਲਣਾ ਕਰਾਂਗੇ। ਅਤੇ ਦੀਪਕ ਜੀ, ਮੈਂ ਸ਼ਹਿਰੀ ਪ੍ਰਧਾਨ ਹੋਣ ਦੇ ਨਾਤੇ ਮੈਨੂੰ ਅੱਜ ਵਪਾਰ ਮੰਡਲ ਸਾਰੇ ਭਰਾਵਾਂ ਨੇ ਅੱਜ ਇਹਨਾਂ ਨੇ ਅਪਰੋਚ ਕਰਿਆ ਵੀ ਆਪਾਂ ਐਸ ਡੀ ਐਮ ਸਾਹਿਬ ਨੂੰ ਅੱਜ ਮਿਲ ਕੇ ਜੋ ਦੁਕਾਨਾਂ ਜਿਹੜੀ ਖੁੱਲ੍ਹ ਨਹੀਂ ਸਕੀਆਂ, ਜਵੈਲਰ 'ਚ ਹੋ ਗਏ, ਕਲੋਥ ਮਰਚੈਂਟ 'ਚ ਹੋ ਗਏ, ਰੈਡੀਮੇਡ ਹੋ ਗਏ, ਸ਼ੂਜ਼ ਵਾਲੇ ਹੋ ਗਏ, ਹੋਰ ਕੋਈ ਮੋਬਾਈਲ ਰਿਪੇਅਰ ਹੋ ਗਏ, ਕਾਫੀ ਸਾਡੇ ਜਿਹੜੇ ਵਪਾਰੀ ਭਰਾ ਆ ਬੜੇ ਪਰੇਸ਼ਾਨ ਦੁਕਾਨ, ਸਾਨੂੰ ਚਾਹੇ ਟਾਈਮਲੀ, ਅਸੀਂ ਇਹ ਨਹੀਂ ਕਹਿੰਦੇ ਜੇ ਡੀ ਸਾਹਿਬ ਦੇ ਮੁਤਾਬਿਕ ਜਿਵੇਂ ਉਹ ਦੱਸਣਗੇ ਟਵਾਈਸ ਅ ਵੀਕ, 2 ਦਿਨ ਹਫ਼ਤੇ 'ਚ, 3 ਦਿਨ ਹਫ਼ਤੇ 'ਚ, ਜਾਂ 3 ਘੰਟੇ 2 ਘੰਟੇ ਵੀ ਕੁਛ ਨਾ ਕੁਛ ਟਾਈਮ ਹਰੇਕ ਵਪਾਰੀ ਨੂੰ ਦਿੱਤਾ ਜਾਵੇ ਤਾਂ ਜੋ ਉਹਦੀ ਦੁਕਾਨ ਦਾ ਹਾਲ ਚਾਲ ਦੇਖ ਸਕਣ, ਆਪਦੇ ਕਸਟਮਰਸ ਦਾ ਦੇਖ ਸਕਣ, अगर आपने हमारे चैनल को सब्सक्राइब नहीं किया है तो इसे सब्सक्राइब कर लें।